ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ ਹੁਣ ਤੱਕ ਇਸ ਪ੍ਰੋਗਰਾਮ ਦੇ 478 ਭਾਗ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਤੇ ਅੱਜ ਇੱਕ ਨਵਾਂ ਐਪੀਸੋਡ 479 ਨੰਬਰ ਲੈ ਕੇ ਫਿਰ ਤੋਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੁਸੀਂ ਇਸ ਲੜੀਵਾਰ ਪ੍ਰੋਗਰਾਮ ਨੂੰ ਵੇਖਦੇ ਹੋ ਪਸੰਦ ਕਰਦੇ ਹੋ ਕਿਉਂਕਿ ਕਈ ਵਾਰ ਫੀਡਬੈਕ ਮੇਰੇ ਦੀ ਸੰਸਾਰ ਦੇ ਕਈ ਇਸ ਤਰ੍ਹਾਂ ਦੇ ਵਿਦੇਸ਼ੀ ਜਿੱਥੇ-ਜਿੱਥੇ ਵੀ ਸਕਾਈ ਸੈਟਲਾਈਟ ਕਹਿਦੀ ਹੈ ਜਾਂ ਕਿਸੇ ਵੀ ਜਰੀਏ ਸੰਗਤ ਟੈਲੀਵਿਜ਼ਨ ਪਹੁੰਚਦਾ ਉੱਥੇ ਭੈਣ ਭਰਾ ਜਿਹੜੇ ਬੈਠੇ ਪ੍ਰੋਗਰਾਮ ਦੇਖਦੇ ਆ ਤੇ ਕਹਿੰਦੇ ਕਿ ਅੱਜ ਹਰ ਇੱਕ ਐਪੀਸੋਡ ਵਿੱਚ ਇੱਕ ਨਵੀਂ ਸੋਚ ਇੱਕ ਨਵੀਂ ਵਿਚਾਰ ਜਿਹੜੀ ਉਹਨਾਂ ਨੂੰ ਸੁਣਨ ਨੂੰ ਮਿਲਦੀ ਹੈ ਕਿ ਇਹਨਾਂ ਹੀ ਸੋਚ ਵਿਚਾਰਾਂ ਨੂੰ ਅਗਰ ਜ਼ਿੰਦਗੀ ਵਿੱਚ ਢਾਲਾਂਗੇ ਤੇ ਇੱਕ ਬਿਲਕੁਲ ਜੀ ਖੂਬਸੂਰਤੀ ਜਿਹੜੀ ਆ ਸਿੱਖੀ ਦੀ ਖੂਬਸੂਰਤੀ ਜਿਹੜੀ ਆ ਸਾਰੇ ਪਾਸੇ ਉਹਦਾ ਪਸਾਰਾ ਹੋ ਜਾਵੇਗਾ ਸਾਡੇ ਜਿੰਨੇ ਵੀ ਸਵਾਲ ਹੁੰਦੇ ਹਨ ਵੀਰ ਜੀ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਸਵਾਲਾਂ ਦੇ ਜਵਾਬ ਗੌਰ ਇਤਿਹਾਸ ਗੌਰ ਬਾਣੀ ਤੇ ਗੌਰ ਫਲਸਫੇ ਦੇ ਆਧਾਰ ਤੇ ਹੀ ਦਿੱਤੇ ਜਾਣ ਵੀਰ ਜੀ ਨੂੰ ਜੀ ਆਖਦੇ ਆ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਐਪੀਸੋਡ ਵਿੱਚ ਵੀ ਜੀ ਤੁਸੀਂ ਦੱਸ ਰਹੇ ਦੱਸ ਰਹੇ ਸੀ ਕਿ ਸਤਗੁਰੂ ਜੀ ਕੋਟਕਪੂਰੇ ਪਹੁੰਚੇ ਨੇ ਤੇ ਚੌਧਰੀ ਕਪੂਰੇ ਦੇ ਜਿਹੜੀ ਉਹਦਾ ਕੋਟ ਕੈਦੀ ਉਹਦਾ ਕਿਲਾ ਕੈਦੀ ਉਹਦੇ ਸਾਹਮਣੇ ਸਤਗੁਰੂ ਜੀ ਨੇ ਆਪਣੇ ਜਿਹੜਾ ਠਹਿਰਾਵ ਕੀਤਾ ਉੱਥੇ ਬੈਠੇ ਹੋਏ ਨੇ ਤੇ ਦੂਸਰੇ ਦਿਨ ਜਦੋਂ ਚੌਧਰੀ ਕਪੂਰਾ ਮਿਲਣ ਆਇਆ ਤੇ ਉਹ ਬੜੇ ਕੰਦੇਕੇ ਤਿਆਰਸ਼ਿਆ ਰਹੋ ਕੇ ਬੜੇ ਆਪਣੇ ਆਪ ਦੇ ਵਿਖਾਵੇ ਦੇ ਵਿੱਚ ਆਇਆ ਕਿ ਮੈਂ ਚੌਧਰੀ ਹਾਂ ਤੇ ਜਦੋਂ ਸਤਗੁਰੂ ਜੀ ਨੂੰ ਮਿਲਣ ਵਾਸਤੇ ਆਇਆ ਤੇ ਸਤਗੁਰੂ ਜੀ ਦਾ ਜਿਹੜਾ ਪਹਿਰੇ ਤੇ ਸਿੰਘ ਖੜਾ ਸੀ ਮੁਲਾਗਰ ਸਿੰਘ ਉਸ ਨੇ ਕਿਹਾ ਕਿ ਚੌਧਰੀ ਜਿਸ ਤਰੀਕੇ ਨਾਲ ਤੂੰ ਸਤਗੁਰੂ ਜੀ ਨੂੰ ਮਿਲਣ ਜਾ ਰਿਹਾ ਤੂੰ ਤਾਂ ਆਪ ਵੀ ਕੱਟਾ ਡਾਰ ਰਿਹਾ ਤੇ ਸੰਗਤਾਂ ਤੇ ਵੀ ਕੱਟਾ ਪਾ ਰਿਹਾ ਇਸ ਤਰੀਕੇ ਦੇ ਨਾਲ ਸਤਗੁਰੂ ਮਿਲਣ ਨਹੀਂ ਜਾ ਰਿਹਾ ਪਰ ਉਸ ਵੇਲੇ ਉਹਨੂੰ ਬਹੁਤ ਗੁੱਸਾ ਆਇਆ ਕਿ ਇੱਕ ਸਤਗੁਰੂ ਜੀ ਦਾ ਨਮਾਣਾ ਜਿਹਾ ਸਿੱਖ ਤੇ ਮੈਂ ਪਿੰਡ ਦਾ ਚੌਧਰੀ ਮੈਨੂੰ ਇਸ ਤਰੀਕੇ ਦੇ ਨਾਲ ਉਸ ਨੇ ਕਿਹਾ ਪਰ ਜਦੋਂ ਨੇ ਸਾਹਮਣੇ ਸਤਗੁਰੂ ਜੀ ਨੂੰ ਦੇਖਿਆ ਤੇ ਉਹ ਥ ਉਹ ਨੀਵਾ ਜਾ ਹੋ ਗਿਆ ਮੈਨੂੰ ਅੱਜ ਦੇ ਸਵਾਲ ਵਿੱਚ ਤੁਸੀਂ ਸੰਗਤਾਂ ਦੇ ਨਾਲ ਇਹ ਸਾਂਝ ਪਾਓ ਕਿ ਚੌਧਰੀ ਕਪੂਰੇ ਕੋ ਕੋਟਕਪੂਰੇ ਵਿੱਚ ਸਤਗੁਰੂ ਜੀ ਹੋਰ ਕਿੰਨੇ ਦਿਨ ਠਹਿਰੇ ਤੇ ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੋਵੇ ਜਿਹਦੇ ਨਾਲ ਕਿ ਸਾਨੂੰ ਸਿੱਖ ਸਮਾਜ ਨੂੰ ਅੱਜ ਦੇ ਸਮੇਂ ਵਿੱਚ ਸੇਧ ਮਿਲਦੀ ਹੋਵੇ ਸੰਗਤਾਂ ਨਾਲ ਜ਼ਰੂਰ ਸਾਂਝੀ ਕਰੋ ਬਰਮੀਏ ਤੁਹਾਡਾ ਧੰਨਵਾਦ ਬੜੀ ਪਿਆਰੀ ਗੱਲ ਤੁਸੀਂ ਕਹੀ ਸੀ ਪਿਛਲੇ ਐਪੀਸੋਡ ਦੇ ਖਾਤੇ ਵਿੱਚ ਜੀ ਕਪੂਰੇ ਨੂੰ ਮਲਾਗਰ ਸਿੰਘ ਜੀ ਸਮਝਾਉਣੀ ਜੀ ਉੱਥੋਂ ਸਿੱਖਨੇ ਅੱਜ ਦੇ ਸਮੇਂ 'ਚ ਇਹ ਸਿੱਖਣਾ ਕਿ ਉਹਨੂੰ ਗੁਰੂ ਘਰ ਜਾਣਾ ਕਿਵੇਂ ਹੈ ਜੀ ਉਹ ਬੜਾ ਢਕੜੜ ਕਲੇ ਕੱਪੜੇ ਪਾ ਕੇ ਗਿਆ ਸੀ ਮਖਮਲੀ ਕੱਪੜੇ ਪਾ ਕੇ ਗਿਆ ਸੀ ਧੂੜ ੜਾਉਂਦਾ ਗਿਆ ਸੀ ਚੌਧਰ ਨਾਲ ਗਿਆ ਸੀ ਅੱਖਰ ਨਾਲ ਗਿਆ ਸੀ ਮਲਾਗਰ ਸਿੰਘ ਨੇ ਰੱਖਿਆ ਜੀ ਹਾਂ ਗੁਰਦੁਆਰੇ ਜਾਣ ਲੱਗਿਆਂ ਕਦੀ ਇਹੋ ਜਿਹੇ ਕੱਪੜੇ ਢਕੀਲੇ ਨਹੀਂ ਪਾ ਕੇ ਜਾਣਾ ਕਿ ਤੁਹਾਡੀ ਵੀ ਮਨ ਦੀ ਬਿਰਤੀ ਦਾ ਖੰਡਾ ਹੋਵੇ ਤੇ ਕਿਸੇ ਦੂਜੇ ਦਾ ਵੀ ਹੋਵੇ ਜੀ ਤੁਹਾਨੂੰ ਦੇਖਿਆ ਹੋਵੇ ਇਹ ਗੱਲਾਂ ਮਾਇਆਂ ਤੇ ਵੀ ਲੱਗਦੀਆਂ ਤੇ ਭਾਈਆਂ ਤੇ ਵੀ ਲੱਗਦੀਆਂ ਜੀ ਦੋਨਾਂ ਇਸ ਗੱਲ ਦਾ ਸੰਕੋਚ ਕਰਨਾ ਚਾਹੀਦਾ ਗੁਰੂ ਘਰ ਜਾਣ ਲੱਗਿਆਂ ਤੁਹਾਡੇ ਵਸਤਰ ਜਿਹੜੇ ਆ ਉਹ ਢਕੀਲੇ ਨਹੀਂ ਹੋਣੇ ਚਾਹੀਦੇ ਉਹਨਾਂ ਦਾ ਮੇਚਾ ਉਹਨਾਂ ਦਾ ਸਿਉਣਾ ਉਹਨਾਂ ਦਾ ਜਿਹਦਾ ਸਾਰਾ ਫੱਬ ਸ਼ਾਬਾਦੋ ਨਹੀਂ ਚੀਜ਼ਾਂ ਉਹ ਇਹੋ ਜਿਹੀ ਹੋਣੀ ਚਾਹੀਦੀ ਕਿ ਤੁਹਾਡੀ ਵੀ ਬਿਰਤੀ ਦਾ ਟਿਕਾਣਾ ਬਣਿਆ ਰਹੇ ਤੁਸੀਂ ਬੈਠ ਸਕੋ ਟਿੱਕੇ ਉਹਦੀ ਸੁਆਈ ਵੀ ਇਦਾਂ ਦੀ ਹੋਣੀ ਚਾਹੀਦੀ ਤੇ ਦੂਜੇ ਵੀ ਤੁਹਾਡੇ ਵੱਲ ਦੇਖ ਕੇ ਉਹਦੀ ਬਿਰਤੀਆਂ ਦਾ ਖੰਡਨ ਨਾ ਹੋਵੇ ਜੀ ਇਹ ਬੜਾ ਜ਼ਰੂਰੀ ਆ ਤੁਹਾਡੇ ਵਿੱਚ ਵੀ ਨਿਮਰਤਾ ਰਹੇ ਜੀ ਤੇ ਅਗਲੇ ਵਿੱਚ ਵੀ ਨਿਮਰਤਾ ਰਹੇ ਇਸੇ ਕਰਕੇ ਬਹੁਤ ਆ ਡੇਰੀਆਂ ਵਿੱਚ ਹਾਂਜੀ ਜਿੱਥੇ ਅਧਿਆਤਮਕਤਾ ਦੀ ਗੱਲ ਹੁੰਦੀ ਜਿਹੜੇ ਮਹਾਪੁਰਸ਼ ਹੁੰਦੇ ਸੀ ਉਹ ਕਹਿੰਦੇ ਚਿੱਟੇ ਵਸਤਰ ਪਾ ਕੇ ਆ ਦੇ ਅੰਤਰ ਤੇ ਕੋਈ ਵੱਡੀ ਵੱਡੀ ਗੱਲ ਨਹੀਂ ਹੁੰਦੀ ਜੇ ਤੁਸੀਂ ਇਹ ਨਹੀਂ ਕਿ ਤੁਸੀਂ ਕੋਈ ਕੋਈ ਹੋਰ ਵਸਤ ਵਸਤਰਾ ਪਾ ਲਿਆ ਤੇ ਤੁਹਾਡਾ ਕੋਈ ਬਹੁਤ ਵੱਡੀ ਅਗਿਆ ਹੋ ਗਈ ਹੈ ਸਤਗੁਰੂ ਇਹਨਾਂ ਗੱਲਾਂ ਤੋਂ ਡੱਕਦਾ ਨਹੀਂ ਪਰ ਵਸਤਰ ਚਿੱਟੇ ਪਾਉਂਦਾ ਮਤਲਬ ਇਹ ਹੈ ਜੀ ਤੁਹਾਡੇ ਮਨ ਦਾ ਖੰਡਾ ਨਾ ਹੋਵੇ ਰੰਗਾਂ ਰੂਪਾਂ ਦੇ ਵਿੱਚ ਜੀ ਜੀ ਔਰ ਜੋ ਭਾਰਿਆ ਹੁੰਦਾ ਅੰਦਰ ਤੁਹਾਡੇ ਅਰਥ ਵਿੱਚ ਬਿਲਕੁਲ ਅੰਦਰ ਉਹਦੀ ਅਸਰ ਵੀ ਹੁੰਦੀ ਆ ਦੂਜੇ ਤੇ ਵੀ ਅਸਰ ਹੋ ਗਈ ਔਰ ਇਹ ਚੰਗੀ ਬਿਰਤੀ ਬਣੀਦਾ ਤੁਹਾਡੀ ਸਾਤਵਿਕ ਬਿਰਤੀ ਬਣੀਦਾ ਸਾਤਵਿਕ ਸ਼ਬਦ ਵੀ ਸਵੈਤ ਤੋਂ ਬਣਿਆ ਸਵੈਤ ਚਿੱਟਾ ਜੀ ਜੀ ਸਵਾਤਿਕ ਤੁਹਾਡੀ ਵਰਤੀ ਜਿਹੜੀ ਆ ਉਹ ਵੀ ਸਵਾਤ ਬੜੀ ਜਿਆਦਾ ਚਿੱਟੀ ਬਣੀ ਰਹੇ ਸਤਵਿਕ ਬਣੀ ਰਹੇ ਪਰ ਇੰਨੀ ਵੀ ਚਿੱਟੀ ਨਾ ਬਣ ਜਾਏ ਕਿ ਖੂਨੀ ਜਿੱਟਾ ਹੋ ਜਾਵੇ ਇਹ ਵੀ ਬੜਾ ਹੋਈ ਬੜੀ ਜਿਆਦਾ ਜੀ 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 ਤੁਸੀਂ ਉਹ ਤੋਂ ਦੂਰ ਹੁੰਦੇ ਹੁੰਦੇ ਹਾਂਜੀ ਹਾਂਜੀ ਤੁਸੀਂ ਪ੍ਰੇਮ ਤੋਂ ਵੀ ਦੂਰ ਹੋ ਜਾਂਦੇ ਹੋ ਜੀ ਹਾਂਜੀ ਤੇ ਜਦੋਂ ਪ੍ਰੇਮ ਤੋਂ ਦੂਰ ਹੋ ਜਾਂਦੇ ਫਿਰ ਖੂਨ ਵੀ ਜਿੱਟੇ ਹੋਣੇ ਸ਼ੁਰੂ ਹੋ ਜਾਂਦੇ ਸੋ ਇਹ ਗੱਲਾਂ ਤੋਂ ਥੋੜਾ ਜਿਆਦਾ ਜਾਨੀ ਬੈਲੈਂਸ ਜ਼ਿੰਦਗੀ ਔਰ ਜਿਨ੍ਹਾਂ ਨੇ ਜ਼ਿੰਦਗੀ ਬੈਲੈਂਸ ਰੱਖੀ ਹੁੰਦੀ ਨਾ ਉਹਨਾਂ ਨੂੰ ਬਾਹਰ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਜ਼ਿੰਦਗੀ ਬੈਲੈਂਸ ਰੱਖਣ ਦੀ ਲੋੜ ਆ ਪਰ ਇਹ ਸਿੱਖਣ ਦੀ ਲੋੜ ਆ ਕਿ ਅਸੀਂ ਜਦੋਂ ਗੁਰੂ ਘਰ ਘਟੋ ਘਟ ਜਾਣਾ ਸੰਗਤ 'ਚ ਜਾਣਾ ਜਾਂ ਲੋਕਾਂ 'ਚ ਵਿਚਰਨਾ ਸਾਡਾ ਪਹਿਰਾਵਾ ਸਾਡਾ ਬੈਠਣਾ ਉੱਠਣਾ ਸਾਡਾ ਬੋਲਣਾ ਚੱਲਣਾ ਸਾਡਾ ਦੇਖਣਾ ਧੱਕਣਾ ਪਰਖਣਾ ਸਾਰਾ ਕੁਝ ਇਦਾਂ ਦਾ ਹੋਣਾ ਚਾਹੀਦਾ ਆ ਕਿ ਉਹਦੇ 'ਚੋਂ ਸਾਤਵਿਕ ਬਿਲਤੀ ਦਾ ਚਲਕਾਰਾ ਪਵੇ ਖੜਾ ਕਪੂਰਾ ਹੁਣ ਅਜੇ ਸਤਗੁਰੂ ਨਾਲ ਗੱਲ ਨਹੀਂ ਹੋਈ ਆਪਾਂ ਪਿਛਲੇ ਐਪੀਸੋਡ ਜਿੱਥੇ ਜਿੱਥੋਂ ਤੋਂ ਗੱਲ ਸ਼ੁਰੂ ਕਰੀਏ ਹਾਂਜੀ ਤੇ ਹੁਣ ਸਤਗੁਰੂ ਨੂੰ ਜਾ ਕੇ ਨਮਸਕਾਰ ਕੀਤੀ ਆ ਜੀ ਸਤਗੁਰੂ ਜੀ ਨੂੰ ਨਮਸਕਾਰ ਕੀਤੀ ਸਤਗੁਰੂ ਨੂੰ ਥਾਪੜਾ ਦੇਣਾ ਹੀ ਆ ਸਤਗੁਰੂ ਨੇ ਥਾਪੜਾ ਵੀ ਦਿੱਤਾ ਆ ਜੀ ਤੇ ਪਰ ਕਪੂਰਾ ਤਾਂ ਬਾਹਰ ਅੰਦਰੋਂ ਹਲੇ ਚਿਹੜਖ ਲੈ ਕੇ ਬੈਠਾ ਲੱਗ ਰਿਹਾ ਸੀ ਮੈਨੂੰ ਡੱਕਿਆ ਕਿਉਂ ਹਾਂਜੀ ਹਾਂਜੀ ਉਹ ਸ਼ਸਤਰਾਂ ਦੇ ਉੱਤੇ ਜਾਨਕੀ ਮਿੱਟੀ ਪੈਂਦੀ ਆ ਹਾਂਜੀ ਹਾਂਜੀ ਤੇ ਮੰਜਾਂ ਦੇ ਉੱਤੇ ਸ਼ਸਤਰ ਪਏ ਆ ਹਮ ਹਮ ਤਾਂ ਕੋ ਪੂਰਾ ਉਸੇ ਗੱਲ ਨਾਲ ਹੀ ਅੜਿਆ ਆ ਰਿਹਾ ਕਹਿੰਦਾ ਤੇ ਚੌਧਰ ਵਾਲੀ ਅੰਦਰੋਂ ਗੱਲ ਨਹੀਂ ਲੇ ਜਾਂਦੀ ਹਾਂਜੀ ਕਹਿੰਦਾ ਸਤਗੁਰੂ ਜੀ ਕੋ ਜਿੱਦਾਂ ਕਾਲਸੋਡੀ ਨੂੰ ਬੈਠੇ ਦਿਖਦਾ ਸੀਗਾ ਉਦਾਂ ਹੀ ਉਹਨਾਂ ਕੋਲ ਹਥਿਆਰ ਨਹੀਂ ਹੁੰਦੇ ਹੂੰ ਹੂੰ ਕਹਿੰਦਾ ਸਤਗੁਰੂ ਜੀ ਪਲੰਗ ਤੇ ਆ ਸਤਗੁਰੂ ਬੈਠੇ ਜੀ ਇਹ ਵੀ ਗੱਲ ਬੰਦੀ ਆ ਹੂੰ ਹੂੰ ਸਤਗੁਰੂ ਨੂੰ ਚਾਰ ਹੋਵੇ ਇਹ ਵੀ ਰੀਤ ਆ ਚਵਰਤਖ ਦੇ ਮਾਲਕ ਸਤਗੁਰੂ ਪਲੰਗ ਤੇ ਬੈਠੋ ਤਖਤ ਤੇ ਬੈਠੋ ਉਹਨਾਂ ਤੇ ਚਵਰੋ ਤੇ ਗੱਲ ਬੰਦੀ ਆ ਹਾਂਜੀ ਪਰ ਪਲੰਗਾ ਦੇ ਉੱਤੇ ਮੰਜਾਂ ਦੇ ਉੱਤੇ ਤਖਤਾਂ ਦੇ ਉੱਤੇ ਸ਼ਸਤਰ ਰੱਖੇ ਜਾਂ ਜੀ ਜੀ ਤੇ ਉਹਨਾਂ ਨੂੰ ਚੋਰੀ ਹੋਵੇ ਹੂੰ ਹੂੰ ਇਹ ਗੱਲ ਤਾਂ ਨਹੀਂ ਬੰਦੀ ਕਿਹੜੀ ਰਵੀ ਤੁਸੀਂ ਨਹੀਂ ਚਲਾ ਲਈ ਹਾਂਜੀ ਜਿੱਦਾਂ ਕੋਈ ਗੱਲ ਦੀ ਸਮਝ ਨਹੀਂ ਨਾ ਆਉਂਦੀ ਤੇ ਗੱਲ ਸਮਝਣ ਦੀ ਸਵਾਲ ਕਰਨਾ ਵੱਖਰਾ ਤੇ ਸ਼ੰਕਾ ਕਰਨ ਦੀ ਸਵਾਲ ਕਰਨਾ ਵੱਖਰਾ ਉਹਦੇ ਸਵਾਲ 'ਚ ਸ਼ੰਕਾ ਝਲਕਦਾ ਜਾ ਰਿਹਾ ਸੀ ਰਮਨ ਜੀ ਸਮਝ ਨਹੀਂ ਸੀ ਚੰਗਾ ਕੀਤਾ ਸੀ ਉਹ ਉਸ ਬਿਰਤੀ ਦੇ ਵਿੱਚੋਂ ਜਿਹੜੀ ਬਿਰਤੀ ਜਿਹਨੂੰ ਮੁਲਾਕਤ ਕਰਨੇ ਡੱਕਿਆ ਸੀ ਹਾਂਜੀ ਤੇ ਸਤਗੁਰੂ ਨੇ ਕਿਆ ਕਪੂਰਿਆ ਆ ਜਿਹੜੀ ਚੌਧਰ ਚੱਕੀ ਫਿਰਦਾ ਨਾ ਹਾਂਜੀ ਇਹ ਸ਼ਸਤਰਾਂ ਦੇ ਸਿਰ ਤੇ ਆ ਹਮ ਹਮ ਕਿਲੇ ਕੈਂਪ ਕੀਤੇ ਹੋਏ ਆ ਉੱਥੇ ਸ਼ਸਤਰ ਰੱਖੇ ਹੋਏ ਆ ਜੋਧੇ ਰੱਖੇ ਹੋਏ ਨਾਲ ਇਹ ਵੀ ਸ਼ਸਤਰਧਾਰੀ ਰੱਖੇ ਹੋਏ ਆ ਆਪ ਵੀ ਸ਼ਸਤਰ ਪਾ ਕੇ ਤੁਰਦਾ ਗਨ ਬੰਦੂਕ ਗੱਲ ਚ ਪਾਈ ਹੋਈ ਆ ਹਾਂਜੀ ਹਾਂਜੀ ਇਹ ਚੌਧਰ ਦੀ ਪ੍ਰਗਟਾਵਾ ਕਿੱਥੋਂ ਆ ਸ਼ਸਤਰਾਂ ਨਾਲ ਤੇ ਸ਼ਸਤਰਿਆ ਤੇ ਦਾ ਚੌਧਰ ਆ ਜੀ ਨੀ ਤਾਂ ਬਿਨਾ ਸ਼ਸਤਰ ਤੋਂ ਬੰਦਾ ਤਾਂ ਭੇਡ ਵਰਗਾ ਹੁੰਦਾ ਹਾਂਜੀ ਜਿਹੜਾ ਮਰਜੀ ਗਿੱਚੀ ਤੋਂ ਜਿਹਦਾ ਭੇਡ ਨੂੰ ਮਾਰਨ ਤੋਂ ਫੜ ਕੇ ਲੈ ਜਾਂਦਾ ਤੇ ਜੱਬਾ ਕਰ ਦਿੰਦਾ ਬੰਦੇ ਨੂੰ ਜਿਹੜਾ ਮਾਰੀ ਫੜ ਕੇ ਜੱਬਾ ਕਰ ਦਵੇ ਜੀ ਸ਼ਸਤਰ ਹੋਊਗਾ ਤੇ ਕੋਈ ਡਰਦਾ ਟੱਕਰ ਕਰ ਸਕੂ ਟੱਕਰ ਕਰ ਸਕੂ ਜੀ ਜੀ ਇਹ ਸ਼ਸਤਰ ਕਰਕੇ ਜਿਦਾ ਟੌਰ ਆ ਤੇ ਜਿਹੜੀ ਚੀਜ਼ ਕਰਕੇ ਟੌਰ ਆ ਜਿਹੜੀ ਚੀਜ਼ ਕਰਕੇ ਮਾਨ ਆ ਜਿਹੜੀ ਚੀਜ਼ ਕਰਕੇ ਸਤਕਾਰ ਆ ਜੇ ਤੁਸੀਂ ਉਹਦਾ ਹੀ ਸਤਕਾਰ ਨਹੀਂ ਕਰਦੇ ਤੇ ਤੁਹਾਡਾ ਸਤਕਾਰ ਨਹੀਂ ਨਾ ਐਨੀ ਕੁ ਗੱਲ ਆ ਹਾਂਜੀ ਸਮਝਣ ਦੀ ਲੋੜ ਆ ਪਰ ਅਸੀਂ ਨਿਬਰਤ ਜੁਲਾਈ ਤੈਨੂੰ ਸਮਝ ਨਹੀਂ ਆਈ ਪਿਰਤ ਗੁਰਨਾਨਕ ਦੇਵ ਜੀ ਦੇ ਵੇਲੇ ਤੋਂ ਚੱਲੀ ਹੋਈ ਆ ਗੁਰਨਾਨਕ ਸਾਹਿਬ ਵੀ ਆਪਣੇ ਹੱਥੀ ਡੰਡਾ ਰੱਖਦੇ ਹੱਸਾ ਹੱਥ ਕਿਤਾਬ ਕਾਸ਼ੇ ਤੇ ਡੰਡੇ ਨੂੰ ਸਤਕਾਰ ਦਿੰਦੇ ਹੁੰਦੇ ਸੀ। ਔਰ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਪਿਰਤ ਨੂੰ ਉਹਨਾਂ ਨੇ ਆਪਣੀ ਕਿਰਪਾਨ ਕੱਢ ਕੇ ਤਖਤ ਦੇ ਉੱਤੇ ਰੱਖਦੀ ਹੈ ਕਾਲ ਤਖਤ ਦੇ ਉੱਤੇ ਸ਼ਸਤਰ ਰੱਖਿਆ ਸੀ। ਜੀ। ਇਹ ਵੱਡੇ ਗੁਰੂਆਂ ਦੀ ਪਿਰਤ ਚੱਲਦੀ ਆ ਤੇ ਉਸੇ ਪਿਰਤ ਨੂੰ ਸਤਿਗੁਰੂ ਜਾਣਦੇ ਸਨ ਤੇ ਸਤਿਗੁਰੂ ਨੇ ਉੱਥੇ ਸ਼ਸਤਰ ਦੀ ਵੀ ਸੋ ਸ਼ਸਤਰ ਦਾ ਸਤਿਕਾਰ ਕਰਨਾ ਬਣਦਾ ਸੀ। ਆਪ ਸਤਿਕਾਰ ਕਰਦੇ ਆ। ਔਰ ਅਸੀਂ ਨਹੀਂ ਕਰਦੇ ਉਹ ਕਾਲਪੁਰਖ ਪ੍ਰਮਾਤਮਾ ਜਿਹੜਾ ਨਾ ਅਸੀਂ ਜਿਹੜਾ ਉਹਦਾ ਰੂਪ ਚਿਤਵਦੇ ਹਾਂ ਉਸ ਪ੍ਰਮਾਤਮਾ ਦਾ ਉਹ ਵੀ ਸ਼ਸਤਰਧਾਰੀ ਆ ਖੜਗ ਕੀਤ ਆ ਉਹ ਖੜਗ ਧਾਰਨ ਵਾਲਾ ਆ ਹਾਂਜੀ ਅਸਤੋ ਜਿਆ ਉਹਦੀਆਂ ਬਾਹਾਂਾਂ ਦੇ ਵਿੱਚ ਹਥਿਆਰ ਆ ਹਥਿਆਰ ਉਹ ਯਾਨੀ ਕਿ ਸ਼ਸਤਰ ਧਾਰਨ ਕਰਨ ਵਾਲਾ ਤੇ ਅਸੀਂ ਉਹਦੀ ਜਿਹੜਾ ਸ਼ਸਤਰ ਧਾਰਨ ਕਰਨ ਦਾ ਰੂਪ ਹੈ ਨਾ ਹਾਂਜੀ ਅਸੀਂ ਉਹਦੀ ਮੰਨਤਾ ਵੀ ਕਰਦੇ ਹਾਂ ਸੋ ਪ੍ਰਮਾਤਮਾ ਵੀ ਕੋਈ ਦੇਵਤਾ ਵੀ ਹੋਵੇ ਕੋਈ ਰਾਖਸ਼ ਵੀ ਹੋਵੇ ਰਾਖਸ਼ਾ ਮੂਖੀ ਵੀ ਹੋਵੇ ਉਹ ਵੀ ਛਾਰਤੋਂ ਬਣਾਨੀ ਹੋਏਗਾ ਕੋਈ ਦੇਵਤਾ ਹੋਵੇ ਉਹ ਵੀ ਛਾਰਤੋਂ ਬਣਾਨੀ ਹੋਏਗਾ ਰਾਮ ਕੋਲ ਤੀਰ ਕਮਾਨ ਆ ਜੀ ਜੀ ਕ੍ਰਿਸ਼ਨ ਕੋਲ ਚੱਕਰ ਆ ਹਾਂਜੀ ਜਿਹੜਾ ਜਿਹੜਾ ਵੀ ਦੇਖੋਗੇ ਜਿਹੜਾ ਵੀ ਕੋਈ ਦੇਖੋਗੇ ਪੈਗੰਬਰ ਅਵਤਾਰ ਦੇਖੋਗੇ ਉਹਦੇ ਕੋਲ ਸ਼ਸਤਰ ਹੋਏਗਾ ਔਰ ਸ਼ਸਤਰ ਦੀ ਮਹਾਨਤਾ ਹੋਏਗੀ ਜੀ ਜੀ ਸੋ ਇਸ ਕਰਕੇ ਤੇਰਾ ਜਿਹੜਾ ਸ਼ੰਕਾ ਵੀ ਬਣਾ ਦਿੱ ਜਾਏ ਸ਼ੰਕੇ ਨੂੰ ਦੂਰ ਕਰ ਸ਼ਸਤਰਾਂ ਦਾ ਸਤਿਕਾਰ ਕਰਕੇ ਕੋਈ ਸ਼ਸਤਰਾਂ ਦਾ ਸਤਿਕਾਰ ਨਾਲ ਹੀ ਤੇਰਾ ਸਤਿਕਾਰ ਆ ਸ਼ਾਸਤਰਾੰਦੇ ਸਤਕਾਰ ਨਾਲ ਹੀ ਮਨੁੱਖ ਦਾ ਸਤਕਾਰ ਆ ਜਿਹਦੇ ਕਰਕੇ ਸਤਕਾਰ ਆ ਉਹਦਾ ਸਤਕਾਰ ਕਰਨਾ ਬਣਦਾ ਆ ਸੋ ਸਤਕਾਰ ਅਸੀਂ ਕਰਦੇ ਆਂ ਸ਼ਸਤਰਾਂ ਦਾ ਤੇ ਅਸੀਂ ਸਿੱਖਾਂ ਨੂੰ ਇਹ ਸਿਖਾਉਂਦੇ ਵੀ ਆਂ ਸ਼ਸਤਰਾਂ ਦਾ ਸਤਕਾਰ ਕਰੋ ਸ਼ਸਤਰਾਂ ਦੀ ਸਾਮ੍ਹ ਸੰਭਾਲ ਕਰੋ ਉਹਨਾਂ ਨੂੰ ਜੰਗ ਨਾਲ ਲੱਗਾ ਹੋਵੇ ਉਹ ਮੌਕੇ ਤੇ ਕੰਮ ਆਉਣ ਵਾਲੇ ਹੋਣ ਉਹਨਾਂ ਦੀ ਧਾਰ ਤਿੱਖੀ ਹੋਵੇ ਉਹਨਾਂ ਦੀ ਪਰਖ ਹੁੰਦੀ ਰਹਿਣੀ ਚਾਹੀਦੀ ਆ ਔਰ ਸ਼ਸਤਰਾਂ ਦੀ ਪਰਖ ਹੀ ਤੇ ਹੈਗੀ ਨਾ ਸ਼ਿਕਾਰ ਖੇਡਣ ਜਾਂਦੇ ਆ ਹਾਂਜੀ ਹਾਂਜੀ ਇਹਦੇ ਜੰਗ ਲੜਨ ਦਾ ਤਰੀਕਾ ਵੀ ਸਿੱਖਦੇ ਆਂ ਤੇ ਉਹਦੇ ਜੋ ਸ਼ਸਤਰਾਂ ਦੀ ਪਰਖ ਵੀ ਹੁੰਦੀ ਆ ਸੋ ਇਹ ਸਾਰਾ ਕੁਝ ਜਿਹੜਾ ਆ ਤੂੰ ਕਰਦਾ ਕਰਦਾ ਵੀ ਤੈਨੂੰ ਨਹੀਂ ਪਤਾ ਤੂੰ ਜਾਨੇ ਜੀ ਕਰੀ ਜਾ ਰਿਹਾ ਸੁਤ ਨਹੀਂਦਾ ਇਹ ਆਈ ਜਾਈ ਜਾ ਰਿਹਾ ਤੈਨੂੰ ਸਮਝ ਨਹੀਂ ਆ ਰਹੀ ਪਰ ਸਮਝ ਇਸ ਗੱਲ ਸੋ ਉਹਨੇ ਸਤਗੁਰੂ ਦਾ ਜਦੋਂ ਇਹ ਸ਼ਬਦ ਸੁਣੇ ਸਿਰ ਚ ਘਾਤਾ ਕਹਿੰਦਾ ਸਤਗੁਰੂ ਜੀ ਤੁਹਾਡੀਆਂ ਰਮਝਾਂ ਤੁਸੀਂ ਜਾਣੋ ਤੁਹਾਡੇ ਨਹੀਂ ਸਮਝ ਆਉਂਦੀਆਂ ਥੋੜਾ ਝੁਗ ਗਿਆ ਹੁਣ ਸਤਗੁਰ ਤੇ ਖੁੱਲੇ ਡੁੱਲੇ ਬਚਨ ਜਾਂ ਸੁਣ ਕੇ ਹਾਂਜੀ ਜਦੋਂ ਝੁਗਿਆ ਤੇ ਸਤਗੁਰ ਕਹਿੰਦੇ ਵੀ ਕਪੂਰਿਆ ਇਸ ਇਲਾਕੇ ਚ ਕਿਲਾ ਸਭ ਤੋਂ ਵੱਡਾ ਤੇਰੇ ਕੋਲ ਆ ਹਾਂਜੀ ਤੇਰੀ ਬੜੀ ਮਾਨਤਾ ਆ ਹਾਲੇ ਕਿ ਤੇਰਾ ਵਿਰੋਧ ਆ ਕੂੜੀ ਸਿਖਾਂ ਵਾਲੇ ਜਿਹੜੇ ਮੁਸਲਮਾਨ ਆ ਉਹਨਾਂ ਨਾਲ ਉਹਨਾਂ ਦਾ ਵੀ ਕਿਲਾ ਤੇਰੇ ਕਿ ਲਈ ਡਾਇਆ ਹਾਂਜੀ 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 ਪਰ ਅਸੀਂ ਤੈਨੂੰ ਆਪਣੇ ਇਲਾਕੇ ਵਿੱਚ ਤੇਰੀ ਤੇ ਇੱਥੇ ਤੇਰਾ ਆ ਕੂੜੀ ਸਿਖਾਂ ਤੋਂ ਨਾ ਤੇਰਾ ਵਿਰੋਧ ਵੀ ਇੱਕ ਦੂਜੇ ਦਾ ਬੈਰ ਵੀ ਆ ਤੁਹਾਡਾ ਇੱਕ ਦੂਜੇ ਤੁਸੀਂ ਹਮਲਾਵਰ ਵੀ ਹੁੰਨੇ ਆ ਹਾਂਜੀ ਉਹਦਾ ਕੋਟ ਹੀ ਸਿਖਾਂ ਦੇ ਵਿੱਚ ਆ ਕੋਟ ਤੇਰਾ ਕੋਟ ਕਪੂਰੇ ਦੇ ਵਿੱਚ ਕੋਟ ਆ ਕਿਲਾ ਆ ਵੱਡਾ ਕਿਲਾ ਤੇਰਾ ਤੇ ਇਸ ਇਲਾਕੇ ਵਿੱਚ ਤੇਰਾ ਕਿਲਾ ਵੱਡਾ ਤੇਰੀ ਮਾਨਤਾ ਵੀ ਬੜੀ ਆ ਤੇ ਲੈ ਤੇਰੀ ਮਾਨਤਾ ਅਸੀਂ ਹੋਰ ਵਧਾ ਦਈਏ ਜੀ ਵਜਨ ਧਿਆਨ ਨਾਲ ਸੁਣੀ ਤੇ ਮੰਨ ਲਈ ਤੇਰੀ ਮਾਨਤਾ ਵਧ ਗਈ ਸਤਲੁਜ ਤੱਕ ਦੀ ਦਰਿਆ ਤੱਕ ਦਾ ਰਾਜ ਤੇਰਾ ਹੋ ਜਾਊਗਾ ਠੀਕ ਹੈ ਆ ਵਿੱਚੋਂ ਚੱਕੇ ਜਾਣਗੇ ਸਾੜੇ ਹੂੰ ਹੂੰ ਪਰ ਕੁਛ ਦਿਨਾਂ ਲਈ ਆਪਣਾ ਕਲਾ ਸਾਨੂੰ ਦੇ ਦੇ ਠੀਕ 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 ਕਿਉਂ ਤੇਰਾ ਕਿਲਾ ਹੈ ਜਿੱਥੇ ਬੈਠ ਕੇ ਚੜਦਾ ਉੱਥੋਂ ਸਰਹੰਦ ਤੋਂ ਤੁਰਕ ਚੜ੍ਹ ਕੇ ਆ ਰਿਹਾ ਮੁਗਲ ਚੜ੍ਹ ਕੇ ਆ ਰਿਹਾ ਹੂੰ ਹੂੰ ਇਸ ਇਲਾਕੇ ਨੂੰ ਨੇ ਬਰਬਾਦ ਕਰਨਾ ਸਾਡੇ ਤੇ ਹਮਲਾਵਰ ਹੋ ਕੇ ਆ ਰਿਹਾ ਅਸੀਂ ਤੇਰੇ ਕਿਲੇ 'ਚ ਬੈਠ ਕੇ ਉਹਨਾਂ ਨਾਲ ਟੱਕਰਾਂ ਕਰਾਂਗੇ ਹਾਂਜੀ ਆ ਜਿਹੜੇ ਹਥਿਆਰ ਤੂੰ ਦੇਖਦਾ ਜਿਹਨਾਂ ਦੇ ਸਦਕਾਰ ਕੇ ਇਹਨਾਂ ਹਥਿਆਰਾਂ ਨਾਲ ਉਹਨਾਂ ਦੀ ਐਸੀ ਮਾਰ ਮਾਰਾਂਗੇ ਜੀ ਕਿ ਇਥੋਂ ਜਾਨਾ ਬਚਾ ਕੇ ਭੱਜਣਗੇ ਤੇ ਜਦੋਂ ਭੱਜਣਗੇ ਤੇ ਸਤਲੁਜ ਤੱਕ ਦਾ ਰਾਜ ਤੈਨੂੰ ਜਿੱਤ ਕੇ ਦਿੰਦੇ। ਸਤਲੁਜ ਤੱਕ ਦਾ ਰਾਜ ਹੋਗਾ। ਅਮਾਲਵਾ ਤੇਰੀ ਦਿੱਖਦਾ ਕਰਮਾਜੇ। ਪਰ ਸ਼ਰਦਿਕੋ ਆ ਵੀ ਸਾਨੂੰ ਕੁਛ ਦਿਨ ਲਈ ਆਪਣਾ ਕਿਲਾ ਦੇ ਉੱਥੇ ਬੈਠ ਕੇ ਮੁਕਾਬਲਾ ਕੀਤਾ ਜਾ ਸਕਦਾ ਹੋਰ ਆਪ ਦਾ ਕੋਈ ਤੇਰੀ ਕਿਲੇ ਵਰਗਾ ਕਿਲਾ ਹਨ ਨੀਗਾ। ਕਹਿੰਦਾ ਸਤਗੁਰੂ ਜੀ ਮੈਨੂੰ ਕਿੰਮਰ ਬੋਣ ਲੱਗੇ ਆ। ਸਤਗੁਰੂ ਤੇ ਫੇ ਵੀ ਨਾ। ਪਰੋਸਾਨੀ। ਪਰੋਸਾਨੀ ਆ। ਜੀ ਜੀ। ਕਹਿੰਦਾ ਸਤਗੁਰੂ ਜੀ ਮੈਨੂੰ ਕਿਉਂ ਮਰਵਾਉਣ ਲੱਗੇ ਆ ਜੀ ਤੁਹਾਡੇ ਕੋਲ ਆਨੰਦਪੁਰ ਚ ਪੰਜ-ਪੰਜ ਕਿਲੇ ਸੀਗੇ ਪੂਰਾ ਨਗਰ ਸੀਗਾ ਇੰਨੇ ਸਿੰਘ ਸੀ ਤੁਹਾਡੇ ਕੋਲ ਤੇ ਤੁਹਾਡੇ ਕੋਲ ਸਮਰੱਥਾ ਵੀ ਇੰਨੀ ਵੱਡੀ ਸੀ ਤੁਸੀਂ ਬਾਦਸ਼ਾਹਾਂ ਨਾਲ ਟੱਕਰ ਲੈ ਸਕਦੇ ਸੀ ਹਾਂਜੀ ਪਰ ਤੁਸੀਂ ਆਪਣੇ ਹਜ਼ਾਰਾਂ ਮਰਵਾਏ ਜੀ ਬੇਸ਼ੱਕ ਉਹਨਾਂ ਦੇ ਲੱਖਾਂ ਮਾਰੇ ਹਮਮ ਪਰ ਤੁਸੀਂ ਆਪਣੇ ਕਿਲੇ ਗਵਾ ਕੇ ਸਾਰਾ ਕੁਝ ਆ ਗਿਆ ਤੇ ਹੁਣ ਮੇਰਾ ਵੀ ਕਿਲਾ ਗਵਾਉਣ ਲੱਗੇ ਆ ਤੁਸੀਂ ਤਾਂ ਬੇਪਰਵਾਹ ਆ ਹਾਂਜੀ ਤੁਸੀਂ ਤਾਂ ਉੱਥੋਂ ਨਿਕਲਾਏ ਜੰਗਲਾਂ ਪਿੰਡਾਂ ਵਿੱਚ ਘੁੰਮ ਰਹੇ ਆ ਤੁਹਾਡੀ ਮਾਨਤਾ ਵੀ ਤੁਹਾਡੇ ਆਲਦ ਵਾਲੇ ਆ ਕਹਿੰਦੇ ਮੇਰਾ ਕੌਣ ਹੋਣਾ ਮੈਂ ਕਿੱਥੇ ਜਾਊਂਗਾ ਹਾਂਜੀ ਹਾਂਜੀ ਮੈਂ ਤਾਂ ਹੋਇ ਪਿੱਲੂ ਹਾਂਗੇ ਗੁਜ਼ਾਰਾ ਕਰੂੰਗਾ ਹੂੰ ਹੂੰ ਮੇਰਾ ਤਾਂ ਕੋਈ ਹੋਰ ਗੁਜ਼ਾਰਾ ਉਹ ਵੀ ਨਹੀਂ ਹੈਗਾ ਮੁਗਲਾ ਅੰਡਿਆ ਤੁਹਾਨੂੰ ਕਿਲਾ ਦੇ ਦਿੱਤਾ ਮੁਗਲਾ ਨੇ ਮੇਰਾ ਵਿਰੋਧ ਕਰਦਨਾ ਉਹ ਤਾਂ ਮੈਨੂੰ ਫਾਂਸੀ ਦੇ ਚੜਾ ਕੇ ਮਾਰਨਗੇ ਹਾਂਜੀ ਤੁਸੀਂ ਮੈਨੂੰ ਮਰਵਾਉਣ ਲੱਗੇ ਹੋਣ ਲੱਗੇ ਹਾਂਜੀ ਸਤਗੁਰੂ ਨੇ ਆਖਿਆ ਕਪੂਰਿਆ ਗੁਰੂ ਘਰ ਆ ਕੇ ਜਿਹੜੀ ਬਿਰਤੀ ਬਣ ਜਾਣਾ ਉਹੀ ਪ੍ਰਾਪਤ ਹੁੰਦਾ ਹੈ ਇਥੇ ਆਪਣੀ ਬਿਰਤੀ ਸਾਤਮਿਕ ਰੱਖਣੀ ਜਾਈਦੀ ਆ ਗੁਰੂ ਘਰ ਆਉ ਤਾਂ ਇਹ ਤਾਂ ਗੁਰੂ ਘਰ ਆ ਇੱਥੇ ਤਾਂ ਜੇ ਕੋਈ ਜਿੱਦਾਂ ਦੇ ਬੋਲ ਲੈ ਕੇ ਆਇਆ ਉਹਨੂੰ ਉਦਾਂ ਦਾ ਜਵਾਬ ਮਰੇ ਮਿਲ ਗਿਆ ਜਿੱਦਾਂ ਦੀ ਭਾਵਨਾ ਲੈ ਕੇ ਆ ਉਹਦੀ ਉਦਾਂ ਦੀ ਮਨਸ਼ਾ ਪੂਰੀ ਹੋ ਗਈ ਆ ਤੇ ਜੇ ਤੂੰ ਇਹ ਗੱਲ ਹੀ ਕਹਿ ਰਿਹਾ ਕਿ ਮੁਗਲ ਤੈਨੂੰ ਫਾਂਸੀ ਦੇ ਕੇ ਮਾਰ ਦੇਣਗੇ ਤੇ ਕੱਲੀ ਫਾਂਸੀ ਦੇ ਕੇ ਨਹੀਂ ਮਾਰਨਗੇ ਇਹ ਗੁਰੂ ਘਰ ਆ ਕੇ ਤੂੰ ਬੋਲ ਕਹਿਆ ਔਰ ਗੁਰੂ ਦੀ ਬੇਦਵੀ ਕਰਦੇ ਹੋਏ ਬੋਲ ਕਹਿਆ ਗੁਰੂ ਦੀ ਗੱਲ ਦਾ ਮੰਨ ਕੇ ਗੱਲ ਕਹੇ ਤੇਰੇ ਮੂੰਹ ਤੇ ਤੋਬਰ ਚਾੜ ਕੇ ਫਾਂਸੀ ਦੇਣਗੇ ਤੇ ਤੂੰ ਬਲ ਗੰਦ ਵਿੱਚ ਪਾ ਕੇ ਹਾਂਜੀ ਤੇ ਉਹ ਤੇਰੇ ਮੂੰਹ ਦੇ ਉੱਤੇ ਪਾ ਕੇ ਫਿਰ ਤੈਨੂੰ ਫਾਂਸੀ ਤੇਰੇ ਮੂੰਹ ਤੇ ਤੋਬਰ ਚੜ ਗਏ ਨਹੀਂ ਤੈਨੂੰ ਫਾਂਸੀ ਦੇ ਕੇ ਮਾਰਨਗੇ ਬਹੁਤ ਅੱਛੀ ਤੂੰ ਆਪਣੀ ਮੌਦਾਂ ਵਾਜੀ ਲਖਾ ਲਈ ਅੱਜ ਕਿਉਂਕਿ ਤੂੰ ਗੰਦ ਬਖਿਆ ਆ ਤੂੰ ਕਿਨਾਂ ਅਸੀਂ ਕਿਲੇ ਗਵਾਏ ਨੰਦਪੁਰ ਰੌਣਕਾਂ ਹੋਣਗੀਆਂ ਹਾਂਜੀ ਉੱਥੇ ਖਾਲਸਾ ਗੱਜੂਗਾ ਔਰ ਇਹਦੀ ਦੁਨੀਆ ਤੱਕ ਉੱਥੇ ਰੌਣਕਾਂ ਰਹਿਣਗੀਆਂ ਗਵਾਕੇ ਨਹੀਂ ਆਏ ਉਹਨਾਂ ਨੂੰ ਅਮਰ ਕਰ ਆਏ ਹਨ ਵਸਾ ਕੇ ਆਏ ਹਨ ਉਹਨੂੰ ਵਸਾ ਕੇ ਆ ਨੰਦਪੁਰ ਨੂੰ ਵਸਾ ਕੇ ਆਏ ਆ ਉੱਥੇ ਰਹਿਦੀ ਦੁਨੀਆ ਤੱਕ ਕਿਲੇ ਵੀ ਗੁਰਦੁਆਰੇ ਵੀ ਰਹਿਣਗੇ ਕਿਲੇ ਵੀ ਰਹਿਣਗੇ ਉੱਥੇ ਸੰਗਤਾਂ ਦੀ ਮਾਨਤਾ ਵੀ ਹੋਊਗੀ ਉੱਥੇ ਮੇਲੇ ਵੀ ਲੱਗਣਗੇ ਉੱਥੇ ਮਾਨਤਾ ਵੀ ਹੋਊਗੀ ਤੇ ਜਦ ਤੱਕ ਸੂਰਜ ਚੱਕਰਦਾ ਰੁਗੋ ਉਦੋਂ ਤੱਕ ਸਾਰਾ ਕੁਝ ਹੋਏਗਾ ਜਦ ਤੱਕ ਇਹ ਬ੍ਰਹਿਮੰਡ ਰਹੇਗਾ ਤਦ ਤੱਕ ਸਾਰਾ ਕੁਝ ਹੋਏਗਾ ਜੀ ਪਰ ਉਹਨੂੰ ਜਿਹ ਕਿਹੜਾ ਕਿਲਾ ਜਿਹੜਾ ਆ ਜੀ ਇਹ ਹੁਣ ਤੈਨੂੰ ਕੁਛ ਦਿੰਨ ਦੀ ਗੱਲ ਰਹਿ ਗਈ ਆ ਇਹ ਤੇਰਾ ਕਲਾ ਹਟਾਉਣਾ ਤੈਨੂੰ ਮਿਲਣਾ ਨਹੀਂ ਇੱਕ ਤਾਂ ਫਾਂਸੀ ਚੜ੍ਹ ਕੇ ਮਰੇਗਾ ਦੂਜਾ ਤੇਰੇ ਪਰਿਵਾਰ ਨੂੰ ਵੀ ਤੇਰੇ ਖਾਨਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਵੀ ਗੱਲ ਕਰਦੀ ਆ ਦੋ ਪੀੜ੍ਹੀਆਂ ਦੀ ਗੱਲ ਆ ਇਸ ਤੋਂ ਬਾਅਦ ਤੇਰਾ ਖਾਨਦਾਨ ਜਿਹੜਾ ਆ ਉਹ ਤੇ ਵਿਕਲਾ ਨਹੀਂ ਮਰਿਆ ਜਾਣਾ ਜੀ ਕਿਉਂਕਿ ਤੇਲਾ ਗਵਾਚਨ ਦੀ ਗੱਲ ਕੀਤੀ ਕਲਾ ਉੱਡ ਜਾਊਗਾ ਕਿਲੇ ਦੇ ਵਿੱਚ ਜਿਹੜੇ ਤਾਂ ਸ਼ਸਤਰ ਬਚਤਰ ਜਿਹੜੇ ਸਾਰੇ ਪਏ ਉਹ ਵੀ ਉੱਡ ਜਾਣਗੇ ਤੂੰ ਵੀ ਉੱਡ ਜਾਏਗਾ ਜੀ ਜੀ ਕਲਾ ਵੀ ਉੱਡ ਜਾਏਗਾ ਸਾਰਾ ਤੇਰਾ ਖਾਨਦਾਨ ਨਹੀਂ ਉੱਡ ਜਾਏਗਾ ਉਸ ਕਿਲੇ ਨਾਲ ਪਿਆਰ ਕਰਦਾ ਕਰਦਾ ਤੂੰ ਸਾਰੇ ਨੇ ਨਿਸ਼ਟਕ ਬੁਧ ਹੋ ਜਾਣਾ ਤਬਾਹ ਹੋ ਗੁਰੂ ਘਰ ਆ ਕੇ ਸਮਰੱਥ ਗੁਰੂ ਦੇ ਮੂਰੇ ਬੈਠ ਕੇ ਗੱਲ ਚਿਤਵ ਲਈ ਆ ਜੀ ਤੇ ਇਸ ਗੁਰੂ ਘਰ ਚੋਂ ਮਿਲਦਾ ਹੁੰਦਾ ਜੋ ਚਿਤਵ ਲਈ ਹੈ ਸੋ ਸਤਗੁਰੂ ਨੇ ਜਦੋਂ ਇਹ ਬੋਲ ਕਹੇ ਨਾ ਹੁਣ ਕੋੜ ਕੁ ਪੂਰਾ ਤਾਂ ਆਪਣੇ ਸਤਗੁਰੂ ਦੇ ਮੂਰੇ ਬੋਲ ਨਹੀਂ ਸਕਦਾ ਪਰ ਅੰਦਰੋਂ ਅੱਗ ਬਗੂਲਾ ਹੋ ਗਿਆ ਹੂੰ ਹੂੰ ਸਤਗੁਰੂ ਦੇ ਉੱਥੋਂ ਉੱਠਿਆ ਹਾਂਜੀ ਉੱਥੋਂ ਉੱਠ ਕੇ ਦਵਾ ਦਬ ਆਪਣੇ ਕਿਰੇ ਵੱਲ ਗਿਆ ਜੀ ਕਿਲੇ ਵਾਲੇ ਜਾ ਕੇ ਨੇ ਆਪਣੇ ਕਿਲੇ ਦੇ ਅੰਦਰ ਆਪਣੇ ਉਹਨੂੰ ਬੰਦ ਕਰਕੇ ਆਪਣੀ ਫੌਜਾਂ ਨੂੰ ਕਾਇਮ ਕਰਕੇ ਹਾਂਜੀ ਤੇ ਅੰਦਰੋਂ ਕਿਲੇ ਦੀਆਂ ਕੁੰਡੀਆਂ ਸਾਰੀਆਂ ਦਰਵਾਜ਼ੇ ਬੰਦ ਕਰਵਾ ਲੈ। ਠੀਕ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਕੋਈ ਪਤਾ ਨਹੀਂ ਜੇ ਜੀ ਕਦੋਂ ਸਾਡੇ ਕਿਲੇ ਦਾ ਕਬਜ਼ਾ ਕਰ ਲਵੇ। ਜੋ ਫੌਜਾਂ ਚੜੀਆਂ ਆ ਰਹੀਆਂ ਉਧਰੋਂ ਉਹਨੂੰ ਲੜਨ ਦੀ ਥਾਂ ਚਾਹੀਦੀ ਆ। ਆਪਣਾ ਤਾਂ ਗੁਰੂ ਗੋਬਿੰਦ ਸਿੰਘ ਦੇ ਮੂਰੇ ਐਟਕ ਨਹੀਂ ਸਕਦੇ ਇੰਨੀ ਉਹਨਾਂ ਕੋਲ ਸਮਰੱਥਾ ਆਪਣੇ ਕੋਲ ਨਹੀਂ ਗਈ। ਤੇ ਜੇ ਕਿਤੇ ਕਿਲੇ ਖੁੱਲੇ ਤੇ ਆ ਕੇ ਗੁਰੂ ਗੋਬਿੰਦ ਸਿੰਘ ਨੇ ਕਬਜ਼ਾ ਕਰ ਲਿਆ ਕਿਲੇ ਅੰਦਰ ਆ ਕੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਇੱਕ ਤਾਂ ਪਹਿਲਾਂ ਅਸੀਂ ਇਹਨਾਂ ਨੂੰ ਮਾਰਾਂਗੇ। ਫਿਰ ਬਾਅਦ ਵਿੱਚ ਸਾਡੇ ਤੋਂ ਮੁਗਲਾਂ ਨੇ ਵੀ ਅਸੀਕਲਾ ਦਿੱਤਾ ਕਿਉਂ ਤੇ ਸਾਨੂੰ ਉਹਨਾਂ ਨੇ ਇਮਾਰਤ ਨਾਲ ਉਹਨੇ ਵੀ ਆ ਹੀ ਨਾ ਸਕਣ ਅੰਦਰ ਜੇ ਕਦੇ ਆਏ ਵੀ ਤੇ ਤਿਆਰੀ ਕਰੋ ਬਾਹਰ-ਬਾਰੀ ਉਹਨਾਂ ਨੂੰ ਡਕਣਾ ਆਂ ਬੰਦੂਕਾਂ ਦੇ ਫੈਰ ਭਰ ਕੇ ਰੱਖੋ ਉੱਤੇ ਤੇ ਸਾਰੇ ਕਿਲੇ ਦੀਆਂ ਕੰਧਾਂ ਜਿਹੜੀਆਂ ਸੀ ਨੇ ਉਹ ਬੰਦ ਗੇਟ ਕਰਵਾ ਕੇ ਕਿਲੇ ਦੀਆਂ ਕੰਧਾਂ ਦੇ ਉੱਤੇ ਸ਼ਿਸ਼ਟ ਬਣਾ ਕੇ ਬੰਦੂਕਾਂ ਦੇ ਖੜੇ ਕਰ ਦਿੱਤੇ ਉਸ ਵਕ ਸਤਗੁਰੂ ਨਾਲ ਟੱਕਰ ਲੈਣ ਲਈ ਤਿਆਰ ਹੋ ਗਿਆ ਇੱਕ ਪੂਰਾ ਬਿਸਕਲੇਂਦਰ ਦੀ ਦਾਖਲ ਹੁੰਦਾ ਹਾਂਜੀ ਕਬਜ਼ਾ ਲੈ ਕਰਨ ਸਤਗੁਰੂ ਇਹ ਜਿਹੜੀ ਬਿਰਤੀ ਸੀਗੀ ਇਦੀ ਜਨ ਕਈ ਵਾਰੀ ਬੰਦਾ ਨਾ ਗੁਰਬਾਣੀ ਨੇ ਜ਼ਿਕਰ ਕੀਤਾ ਆ ਮਨੁੱਖ ਦੀ ਅਵਸਥਾ ਦਾ ਕਿ ਕਬ ਹੂੰ ਜੀੜਾ ਉਬ ਚੜਦਾ ਕਬ ਹੂੰ ਜਾਏ ਪਿਆਲੇ ਹਾਂਜੀ ਲੋਭੀ ਜੂੜਾ ਥਿਰ ਨਾ ਰਹਤਾ ਚਾਰੇ ਕੁੰਡਾ ਪਾਲੇ ਲੋਭੀ ਬਿਰਤੀ ਵਾਲਾ ਬੰਦਾ ਚੌਧਰ ਦੀ ਬਿਰਤੀ ਵਾਲਾ ਬੰਦਾ ਹੰਕਾਰੀ ਸੁਭਾਅ ਵਾਲਾ ਬੰਦਾ ਲੋਭੀ ਵਾਲਾ ਬੰਦਾ ਜਿਹੜਾ ਹੁੰਦਾ ਲੋਭੀ ਜਿਹੜਾ ਥਰ ਨਾ ਰਹੇ ਇੱਕ ਥਾਂ ਤੇ ਕਦੀ ਟਿਕਿਆ ਨਹੀਂ ਦਿੰਦਾ ਹਾਂਜੀ ਉਹਦੀ ਸ਼ਰਦਾ ਵੀ ਟਿਕਣ ਵਾਲੀ ਨਹੀਂ ਹੁੰਦੀ ਤੇ ਉਹਦਾ ਵਿਰੋਧ ਵੀ ਟਿਕਣ ਵਾਲਾ ਕਦੇ ਟਿਕ ਸਕਦਾ ਹੀ ਨਹੀਂ ਕਬੂ ਹੂ ਜਿਹੜਾ ਉਪ ਚੜਤ ਹੈ ਹਮ ਹਮ ਕਬੂ ਜਾਏ ਪਹਿਲੇ ਕਦੇ ਤਾਂ ਉਹ ਬੜੀ ਬਿਰਤੀ ਉੱਤੇ ਚਲ ਜਾਂਦੀ ਆਕਾਸ਼ਾਂ ਵਿੱਚ ਚਲ ਜਾਂਦੀ ਹੈ ਹਾਂਜੀ ਕਬੂ ਜਾਏ ਪਹਿਲੇ ਤੇ ਕਦੀ ਪਤਾਲਾਂ 'ਚ ਕਰ ਗਈ ਡਿੱਗ ਜਾਂਦੀ ਹੈ ਹਾਂਜੀ ਇਹਦੀ ਪਤਾਲਾਂ 'ਚ ਬਿਰਤੀ ਕਰ ਗਈ ਹਮ ਹਮ ਤੇ ਇਸ ਤਰ੍ਹਾਂ ਕਿ ਸੋਚਿਆ ਗੁਰੂ ਸਾਹਿਬ ਆ ਕੇ ਬਦੋਬਦੀ ਕਬਜ਼ਾ ਕਰ ਲਾਂਗੇ ਪਰ ਸਤਗੁਰੂ ਨੇ ਕਿਦੀ ਦਾ ਕੀਤਾ ਜੀ 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 ਪਰ ਉਹਦੇ ਮਨ ਦੇ ਵਿੱਚ ਸ਼ੱਕ ਸੀ ਉਹਦੇ ਮਨ ਵਿੱਚ ਸ਼ੱਕ ਸੀ ਉਹ ਬੰਦੂਕਾਂ ਲਈ ਤਿਆਰ ਕਰ ਲਿਆ ਅਦਰ ਕੁੱਲੀਆਂ ਲਾ ਲੀਆਂ ਵੀ ਆਪਾਂ ਮੁਕਾਬਲਾ ਕਰਾਂਗੇ ਜਦ ਤੀ ਫੌਜ ਆ ਰਹੀ ਹੈ ਮੁਗਲਾਂ ਦੀ ਜਦ ਤੀ ਫੌਜ ਨਹੀਂ ਆਉਂਦੀ ਸੋ ਗੁਰੂ ਨੇ ਟੱਕਰ ਲੈਣ ਬਾਰੇ ਸੋਚਣਾ ਲੱਗ ਪਿਆ ਹਾਂਜੀ ਕਾਲੀ ਕਾਲੀ ਦੇ ਵਿੱਚ ਇਹ ਉਹਦੀ ਭਾਵਨਾ ਜੀ ਬਣ ਗਈ ਤੇ ਸਤਗੁਰੂ ਨੇ ਜਦੋਂ ਦੇਖਿਆ ਨਾ ਵੀ ਕਪੂਰਾ ਥੜਕ ਗਿਆ ਆ ਡੋਲ ਗਿਆ ਆ ਆਪਣੇ ਕੀਦੇ ਤੋਂ ਭਟ ਗਿਆ ਆ ਜਿਹੜੀ ਕਹਿੰਦਾ ਸੀ ਮੇਰੀ ਗੁਰੂ ਘਰ ਦੇ ਉੱਤੇ ਸ਼ਰਧਾ ਆ ਬੇਸ਼ੱਕ ਕਾਲ ਸੋਢੀ 라ਹੀ ਆ ਹਾਂਜੀ ਹਾਂਜੀ ਪਰ ਉਹ ਸ਼ਰਧਾ ਤੋਂ ਗੁਰਨਾਣਕ ਦੇ ਦਰ ਦੀ ਸ਼ਰਧਾ ਤੋਂ ਵੀ ਇੱਕ ਤਰ੍ਹਾਂ ਦਾ ਮੁਨਕਰ ਹੋ ਗਿਆ ਹੋਇਆ ਤੇ ਸਤਗੁਰੂ ਨੇ ਕਿਹਾ ਹੁਣ ਇੱਥੇ ਬੈਠਣ ਦਾ ਕੋੜ ਕਪੂਰ ਦੇ ਕਿਲੇ ਦੇ ਮੂਹਰੇ ਬੈਠਣ ਦਾ ਫਾਇਦਾ ਨਹੀਂ ਸਤਗੁਰੂ ਨੇ ਉੱਥੇ ਡੇਰਾ ਚੱਕਿਆ ਠੀਕ ਤੇ ਸਤਗੁਰੂ ਉੱਥੋਂ ਸਿੱਧੇ ਢਿਲਵਾਵਾਂ ਵੱਲ ਨੂੰ ਚੱਲ ਪਿਆ ਢਿਲਵਾ ਸੋਢੀਆਂ ਵੱਲ ਜੀ ਜੀ ਢਿਲਵਾ ਸੋਢੀਆਂ ਕੌਣ ਆ ਕਾਲ ਸੋਢੀ ਆ ਪਿੱਛੇ ਜਿੱਥੇ ਜੀ ਕਾਲ ਸੋਢੀ ਕੌਣ ਆ ਜੀ ਬਾਬਾ ਪ੍ਰਿਥੀ ਚੰਦ ਦਾ ਪੜਪੋਤਾ ਬਾਬਾ ਪ੍ਰਿਥੀ ਚੰਦ ਦਾ ਗੁਰੂ ਅਰਜਨ ਦੇਵ ਭਰਾ ਹਾਂਜੀ ਬਾਬਾ ਪ੍ਰਿਥੀ ਚੰਦ ਦਾ ਪੁੱਤਰ ਮੈਂ ਦੁਹਰਾ ਕੇ ਕਹਿੰਦਾ ਪਿਛਲੇ ਐਪੀਸੋਡ ਵਿੱਚ ਕਿਹਾ ਸੀਗਾ ਬਾਬਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਜੀ ਮਿਹਰਬਾਨ ਦਾ ਪੁੱਤਰ ਹਰਜੀ ਹਰਜੀ ਦਾ ਪੁੱਤਰ ਕੌਲ ਸੋਢੀ ਤੇ ਕੌਲ ਸੋਢੀ ਹੁਣ ਸਿਲਵਾਕ ਤੇ ਲਾਂ ਸੋਢੀਆਂ ਚਾ ਕੇ ਬੈਠਾ ਨੇ ਇੱਥੇ ਅਗਰ ਨਗਰ ਵਸਾਇਆ ਆ ਜੀ ਇੱਥੇ ਆਉਂਦਾ ਇਹਦਾ ਕਾਰਨ ਹੈ ਉਹ ਮੈਂ ਦੁਬਾਰਾ ਦੁਹਰਾ ਕੇ ਦੱਸਦਾ ਅਗੇ ਇਸ਼ਾਰਾ ਜਿਹਾ ਕੀਤਾ ਸੀਗਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ 1630 ਵਾਲੀ ਅਮਰਸਰ ਦੀ ਜੰਗ ਤੋਂ ਬਾਅਦ ਅਮਰਸਰ ਛੱਡ ਕੇ ਚਲੇ ਗਏ ਜੀ ਤੇ ਉਹਨਾਂ ਨੇ ਅਮਰਸਰ ਛੱਡਣ ਤੋਂ ਪਹਿਲਾਂ ਮਿਹਰਬਾਨ ਨੂੰ ਆਵਾਜ਼ ਮਾਰ ਕੇ ਆਖਿਆ ਹਾਂਜੀ ਮਿਹਰਬਾਨ ਜਿਹੜੀਆਂ ਹਕੂਮਤ ਸਰਕਾਰੀ ਦਰਬਾਰੇ ਤੁਸੀਂ ਗੁਰੂ ਘਰ ਦੀਆਂ ਲੂਟੀਆਂ ਲੈ ਕੇ ਜਾਂਦੇ ਸੀ ਤੇਰਾ ਪਿਓ ਵੀ ਜਾਂਦਾ ਰਿਹਾ ਤੂੰ ਵੀ ਜਾਂਦਾ ਰਿਹਾ ਜੀ ਜੀ ਜੇ라 ਤੁਸੀਂ ਵਿਰੋਧ ਕਰਦੇ ਆ ਤੁਸੀਂ ਗੁਰੂ ਕੇ ਆਂ ਵਿਰੋਧ ਜਨਾ ਚੱਲੋ ਅਮਰਸਰ ਦੇ ਸਾਹਮਣੇ ਆਉਂਦੇ ਸੀ ਨਾ ਹਾਂਜੀ ਆ ਅਮਰਸਰ ਨੂੰ ਸਾਹਮਣੇ ਪਰ ਮਜਬਦਾ ਕੈਮ ਰੱਖੇ ਇਕ ਥੇ ਬੈਠ ਕੇ ਸਿੱਖੀ ਦਾ ਉਪਦੇਸ਼ ਦਿਓ ਗੁਰੂ ਨਾਨਕ ਦਾ ਉਪਦੇਸ਼ ਦਿਓ ਗੁਰਨਾਨਕ ਦੇ ਨਾਮ ਨਾਲ ਜੁੜੋ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਕਿਹਾ ਹਾਂਜੀ ਗੁਰੂ ਘਰ ਦੀ ਮਾਨਤਾ ਕਾਇਮ ਰੱਖੋ ਗੁਰੂ ਘਰ ਦੀ ਮਰਿਆਦਾ ਕਾਇਮ ਰੱਖੋ ਲੋ ਅੰਮ੍ਰਿਤਸਰ ਤੋਂ ਲਈ ਸ਼ਰਤ ਦਿੱਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੋਂ ਅੰਮ੍ਰਿਤਸਰ ਤੋਂ ਝਭਾਲ ਗਿਆ ਜੰਗ ਜਿੱਤਣ ਤੋਂ ਬਾਅਦ ਜੀ ਜੀ ਝਭਾਲ ਤੋਂ ਸਤਿਗੁਰੂ ਜੀ ਤਰਨਤਨ ਗੋਇੰਦਵਾਲ ਹੁੰਦੇ ਹੋਏ ਫਿਰ ਕਰਤਾਰਪੁਰ ਆ ਕੇ ਜਲੰਧਰ ਬੈਠ ਗਿਆ ਜੀ ਫਿਰ ਸਤਿਗੁਰੂ ਜੀ ਕਿੰਨਾ ਜੀ ਸਮਾਂ ਕਰਤਾਰਪੁਰੋ ਹੀ ਰਹੇ ਅੰਮ੍ਰਿਤਸਰ ਨਹੀਂ ਗਿਆ ਉੱਥੋਂ ਕਰਤਾਰਪੁਰ ਤੋਂ ਹਰਗੋਬਿੰਦਪੁਰ ਲੜੇ ਜੰਗ ਵੀ ਲੜੀ ਤੇ ਹਰਗੋਬਿੰਦਪੁਰ ਤੋਂ ਮਾਲਵੇ ਆ ਚਲ ਗਿਆ ਮਾਲਵੇ ਤੋਂ ਅੱਜ ਕੀਰਤਪੁਰ ਆ ਗਿਆ ਕੀਰਤਪੁਰੀ ਦਾ ਹੈ ਅਮਰਸਰ ਸਤਗੁਰੂ ਵੀ ਆਇਆ ਜੀ ਜੀ ਮਿਹਰਬਾਨ ਨੂੰ ਦਿੱਤਾ ਸਮਾਂ ਜੀ ਜੀ ਬਿਲਾਏ ਸੰਭੂ ਪਰ ਮਾਨਤਾ ਗੁਰੂ ਨਾਨਕ ਦੀ ਕਰਾਇਓ ਮਰਿਆਦਾ ਸਿੱਖੀ ਦੀ ਕਾਇਮ ਰੱਖਿਓ ਲੋ ਤੁਸੀਂ ਚਦਾਵਾ ਇਹ ਖਾਣਾ ਛੱਕੀ ਚਲੋ ਜੀ ਜੀ ਕੋਈ ਫਰਕ ਨਹੀਂ ਹੂੰ ਹੂੰ ਤੇ ਮਿਹਰਬਾਨ ਨੂੰ ਆਪ ਦੇ ਗਏ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਗੁਰੂ ਦੀਆਂ ਵਡਿਆਈਆਂ ਗੁਰੂ ਦੀਆਂ ਬਖਸ਼ਾ ਮਿਹਰਬਾਨ ਤੋਂ ਬਾਅਦ ਉਹਦਾ ਪੁੱਤਰ ਫੇਰ ਜੀ ਬੈਠ ਗਿਆ ਹਾਂਜੀ ਹਰ ਜੀ ਵੇਲੇ ਇੱਕ ਵਾਰੀ ਜਦੋਂ ਗੁਰੂ ਗੁਰੂ ਹਰ राय ਸਾਹਿਬ ਨਹੀਂ ਆਏ ਮੱਥਾ ਟੇਕਣ ਆਏ ਅੰਮ੍ਰਿਤਸਰ ਨਹੀਂ ਆਏ ਵੈਸੇ ਮੱਥਾ ਟੇਕਣ ਆਏ ਮੱਥਾ ਟਿਕ ਕੇ ਚਲ ਗਿਆ ਗੁਰੂ ਹਰਕੀਰ ਸਿੰਘ ਸਾਹਿਬ ਅੰਮ੍ਰਿਤਸਰ ਆਏ ਨਹੀਂ ਗੁਰਤੇਗ ਬਹਾਦਰ ਜਦੋਂ ਗੁਰਗੱਦੀ ਤੇ ਗੁਰਲਾਡੋਣ ਵਾਲੀ ਸਾਖੀ ਹੋ ਗਈ ਤੇ ਆਏ ਆ ਹਾਂ ਜੀ ਪਰ ਹਰਜੀ ਜਿਹੜਾ ਪੋਤਾ ਸੀਗਾ ਹਾਂਜੀ ਹਾਂਜੀ ਪ੍ਰਿਥੀ ਚੰਦ ਦਾ ਜਿਹੜਾ ਮਿਹਰਬਾਨ ਦਾ ਪੁੱਤਰ ਸੀਗਾ ਉਹਨੇ ਹਰਮੰਦਰ ਸਾਹਿਬ ਦੇ ਕਵਾੜ ਬੰਦ ਕਰਾ ਜੀ ਜੀ ਉਹਨੂੰ ਡਾਰਸੀ ਤੋਂ ਬਾਹਰ ਸਤਗੁਰੂ ਕੀਤੇ ਕਬਜ਼ਾ ਨਾਲ ਕਰ ਲਿਆ ਉਹ ਬਾਹਰ ਕਾਲ ਤਖਤ ਸਾਹਿਬ ਦੇ ਕੋਲ ਜਿੱਥੇ ਬੈਠੇ ਦਾ ਥੜੇ ਦੇ ਉੱਤੇ ਉੱਥੇ ਗੁਰਦਵਾਰਾ ਥੜਾ ਸਾਹਾ ਗੁਰਦੁਆਰੇ ਮਤਲਬ ਯਾਦ ਜੀ ਉੱਥੋਂ ਬਲੇ ਪਿੰਡ ਦੀਆਂ ਮਾਈਆਂ ਸਤਗੁਰੂ ਨਾਲ ਲੱਗੀਆਂ ਗੁਰਤੇ ਇੱਕ ਵਾਰ ਨੂੰ ਕਦੀ ਉਹ ਪ੍ਰਸੰਗ ਵੱਖਰਾ ਉਹ ਵੀ ਕਵਾਂਗੇ ਪਰ ਹਰਜੀ ਨੇ ਕਵਾੜ ਬੰਦ ਕਰਵਾਏ ਸੀਗੇ ਮਿਹਰਬਾਨ ਦੇ ਪੁੱਤਰ ਨੇ ਗਾਂ ਹਰਜੀ ਦਾ ਪੁੱਤਰ ਸੀਗਾ ਕੌਣ ਸੋਢੀ ਜੀ ਤੇ ਸਤਗੁਰੂ ਜੀ ਇਹ ਕੌਲਸੋਡੀ ਜਦੋਂ ਸੀ ਹਰਜੀ ਤੋਂ ਬਾਅਦ ਇਹ ਹਰਮੰਦਰ ਸਾਹਿਬ ਦਾ ਮਾਲਕ ਬਣ ਕੇ ਬੈਠਾ ਰਿਆ ਮੰਝਾ ਡੁਹਾਉਂਦਾ ਰਿਆ ਪੀੜਾ ਡੁਹਾਉਂਦਾ ਰਿਆ ਉੱਥੇ ਆਪਣੀ ਮਾਨਤਾ ਕਰਵਾਉਂਦਾ ਰਿਆ ਨਾਲ-ਨਾਲ ਸਤਗੁਰੂ ਜੀ ਜਿਹੜੇ ਮਰਿਆਦਾ ਆਪਣੀ ਕਾਇਮ ਰੱਖਿਓ ਪਰ ਇਹਦੇ ਆਉਣ ਦਾ ਕਿ ਮਰਿਆਦਾ ਤੋੜਤੀ ਆਪਣੀ ਮਾਨਤਾ ਕਰਾਉਂਦਾ ਰਿਆ ਕੌਲਸੋਡੀ ਦੇ ਲਈ ਜਿੱਦਾਂ ਹਰਜੀ ਕਰਾਇਆ ਸੀ ਇਹ ਚੜਾਵੇ ਤੇ ਕਬਜ਼ਾ ਰੱਖਿਆ ਸਿੱਖ ਸੰਗਤਾਂ ਆਉਂਦੀਆਂ ਮਾਨਤਾ ਕਰਦੀਆਂ ਹਰਮੰਦਰ ਦੀ ਪਰ ਇਹ ਨਾਲ ਨਾਲ ਗੁਰੂ ਨਾਨਕ ਦੀ ਗੱਲ ਕਰਦੇ ਆ ਕਰਦੇ ਆ ਗੁਰੂ ਹਰ Rai ਸਾਹਿਬ ਤੱਕ ਦੀ ਗੱਲ ਕਰਦੇ ਆ ਕਰਦੇ ਆ ਨਾਲ-ਨਾਲ ਆਪਣੀ ਮਾਨਤਾ ਵੀ ਕਰਾਉਂਦੇ ਤੇ ਸੰਗਤਾਂ ਦੇ ਨਾਲ ਇਹ ਰੰਗੀ ਤੇ ਜਦੋਂ ਸਤਗੁਰ ਨੇ ਫਿਰ 1699 ਚ ਅਮਰ ਸੰਚਾਰ ਕੀਤਾ ਹਾਂਜੀ ਮਾਝ ਦੀ ਸੰਗਤ ਬਹੁਤ ਗਈ ਹੋਈ ਸੀ ਮਾਨਤਪੁਰ ਸਾਹਿਬ ਹਾਂਜੀ ਅਮਰ ਸ਼ਗਨ ਤੋਂ ਬਾਅਦ ਜਦੋਂ ਸਤਗੁਰ ਨੇ ਇੱਕ ਮਰਿਆਦਾ ਬੰਦ ਕੀਤੀ ਖਾਲਸਾ ਬੰਦੀ ਜੀ ਪੰਜਾਂ ਪਿਆਰਿਆਂ ਵਾਲੀ ਇਦਾਂ ਪੂਲ ਦੇਣੀ ਆ ਇਕੱਲੇ ਤੋਂ ਇਕੱਲੇ ਦੀ ਕਿਸੇ ਦੀ ਮਾਨਤਾ ਨਹੀਂ ਤੇ ਉਦੋਂ ਫਿਰ ਮਾਝ ਦੀ ਸੰਗਤ ਨੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਸਤਗੁਰ ਜੀ ਹਰਿਮੰਦਰ ਸਾਹਿਬ ਨੂੰ ਆਪਣੀ ਮਰਿਆਦਾ ਚ ਲੈਣ ਸਤਗੁਰੂ ਵੀ ਉੱਥੋਂ ਸੰਗਤ ਮਾਜੀ ਦੀ ਸੰਗਤ ਦੇ ਨਾਲ ਭਾਈ ਮਨੀ ਸਿੰਘ 25 ਸ਼ਖਤ ਭਾਰੀ ਸਿੰਘ ਦੇ ਕੇ ਤੋਰਿਆ ਹਾਂਜੀ ਕਿ ਹਰਬੰਦਰ ਸਾਹਿਬ ਜਾ ਕੇ ਮਰਿਆਦਾ ਕੈਮ ਪੰਥ ਦੀ ਤੇ ਜਦੋਂ ਪਤਾ ਲੱਗਾ ਕਿ ਮਾਝੇ ਦੀ ਸੰਗਤ ਦੇ ਨਾਲ ਉਹਨਾਂ ਦੀ ਗਵਾਈ ਕਰਕੇ ਭਾਈ ਮਨੀ ਸਿੰਘ ਜੀ ਗੁਰੂ ਦੇ ਸੂਰਮੇ ਸਿੰਘ ਜਿਹੜੇ 25 ਸਿੰਘ ਆ ਰਹੇ ਪਰ ਨਾਲ ਭਾਈ ਬਚਿੱਤਰ ਸਿੰਘ ਠੌਰ ਵਰਗੇ ਆ ਰਹੇ ਆ ਬਾਬਾ ਹਰਦਾਸ ਸਿੰਘ ਵਰਗੇ ਆ ਰਹੇ ਆ ਯੋਧੇ ਆ ਰਹੇ ਆ ਅਗਰ ਸਿੰਘ ਵਰਗੇ ਜਿਹੜੇ ਉਹ ਯੋਧੇ ਆ ਰਹੇ ਆ ਇਹ ਜਿਨ੍ਹਾਂ ਦੇ ਮੈਦਾਨੇ ਜੰਗ ਦੇ ਵਿੱਚ ਵੱਡੀਆਂ ਵੱਡੀਆਂ ਮਾਰਾਂ ਮਾਰੀਆਂ ਹੋਈਆਂ ਆਆਂ ਬਾਬਾ ਜੂਨ ਸਿੰਘ ਦੇ ਉਹ ਜੋ ਉਧੇ ਆ ਰਿਹਾ ਭਾਈ ਮਨੀ ਸਿੰਘ ਦੇ ਨਾਲ ਤੇ ਕਾਲ ਸੋਡੀ ਨੇ ਸੁਣਿਆ ਹੋਂ ਜਿਹੜਾ ਬੰਦਾ ਪੜਾਵਾ ਛਕੜਾਂ ਗਿੱਧ ਗਿਆ ਹੋਵੇ ਤਾਨ ਖਾਦਾ ਹੋਵੇ ਹਾਂਜੀ ਤੇ ਉਹਨੂੰ ਡਾਕਟਰ ਦਾ ਮੇਰਾ ਨਾਮ ਸਾਰਾ ਕੁਝ ਖੂਬ ਹੀ ਲੈਣਾ ਜੋ ਮੈਂ ਜਾਵਾ ਕੀਤਾ ਉਹਨੇ ਪਹਿਲਾਂ ਹੀ ਜਦੋਂ ਪਤਾ ਲੱਗਾ ਆ ਰਿਹਾ ਉਹਨੇ ਸਾਰਾ ਕੁਝ ਪਹਿਲਾਂ ਹੀ ਛੱਡਿਆ ਸਮਾਨ ਬੰਨਿਆ ਸੋਨਾ ਬੰਨਿਆ ਹੀਰੇ ਬੰਨਿਆ ਪੈਸਾ ਬੰਨਿਆ ਜੋ ਫਰਾਛੜਾਵਾ ਜੋ ਵੀ ਹੈਗਾ ਆਪਣੇ ਘਰ ਨੂੰ ਜਿੰਦੇ ਮਾਰੇ ਜਿੱਤੇ ਰਹਿੰਦਾ ਸੀਗਾ ਤੇ ਚੁੱਕ ਕਰਕੇ ਮਾਲ-ਵੈਲ ਭੱਜ ਗਿਆ ਜੰਗਲਾਂ ਵਾਲੇ ਇਲਾਕੇ ਤੇ ਉਹ ਮਾਲ-ਵੈਲ ਦੇ ਜੰਗਲ ਵਾਲੇ ਇਸ ਇਲਾਕੇ ਦੇ ਵਿੱਚ ਜਿਹਨੂੰ ਜੰਗਲਦੇਸ਼ ਕਹਾਉਂਦਾ ਜਾਂਦਾ ਸੀ ਲੱਖੀ ਜੰਗਲਾਂ ਵਾਲਾ ਇਲਾਕਾ ਕਹਾ ਦਿੱਤਾ ਜਾਂਦਾ ਹੁੰਦਾ ਸੀਗਾ ਜੰਗਲਦੇਸ਼ ਕਹਾਉਂਦਾ ਜਾਂਦਾ ਸੀ ਉੱਥੇ ਜਾ ਕੇ ਨੇ ਆਪਣਾ ਪਿੰਡ ਆਪ ਬਿਠਾਇਆ ਧਰਤੀ ਲੈ ਕੇ ਕਬਜ਼ਾ ਕਰਕੇ ਤੇ ਉਹਦਾ ਨਾਮ ਰੱਖਿਆ ਨੇ ਢਿਲਵਾ ਸੋਡੀਆਂ ਜੀ ਚਲਵਾ ਦੇ ਨੇੜੇ ਸੀ ਢਿਲਵਾ ਸੋਡੀਆਂ ਇਹ ਰੱਖਿਆ ਹੈਗਾ ਉਹ ਸੋਢੀ ਲਵਾ ਸੁੱਟੀ ਹੁੰਦੇ ਨਾਲ ਲਾ ਕੇ ਬੈਠਾ ਹਲਦ ਵਾਲੇ ਚ ਦੀ ਮਾਨਤਾ ਆ ਜੀ ਜੀ ਤੇ ਸਤਗੁਰੂ ਜੀ ਫਿਰ ਕੋਟਕਪੂਰੇ ਤੋਂ ਉੱਠ ਕੇ ਢਿਲਵਾ ਸੁੱਟੀਆਂ ਵਾਪਸ ਢਿਲਵਾ ਸੁੱਟੀਆਂ ਤੋਂ ਪੈ ਦੇ ਕੋਲ ਸੋਢੀ ਕੋਲ ਇੱਕ ਬੰਨੇ ਬਾਬਾ ਪਿਰਸ ਸਿੰਘਾਂ ਤੋਂ ਚੌਥੀ ਪੀੜੀ ਹੈਗਾ ਆ ਕੋਲ ਸੋਢੀ ਹਾਂਜੀ ਤੇ ਗੁਰੂ ਅਰਜਨ ਦੇਵ ਦੇ ਭਰਾ ਸੀ ਬਾਬਾ ਪਿਰਸ ਸਿੰਘਾਂ ਤੇ ਗੁਰੂ ਅਰਜਨ ਦੇਵ ਤੋਂ ਚੌਥੀ ਪੀੜੀ ਹੈਗੇ ਆ ਗੁਰੂ ਗੋਬਿੰਦ ਸਿੰਘ ਜੀ ਹੈਗੇ ਆ ਸੁੱਚ ਚੇਰੇ ਭਰਾ ਵੀ ਆ ਹਾਂਜੀ ਹਾਂਜੀ ਤੇ ਇਹ ਕੋਲ ਸੋਢੀ ਜਿਹੜਾ ਆ ਇਹਨੇ ਪਹਿਲਾਂ ਵੀ ਸਤਗੁਰੂ ਨੂੰ ਸਨੇਹੇ ਭੇਜਿਆ ਜਦੋਂ ਛੱਡ ਕੇ ਆਇਆ ਨਾ ਉਧਰੋਂ ਡਰਦਾ ਛੱਡ ਕੇ ਆ ਗਿਆ ਮਾਝਾ ਛੱਡ ਕੇ ਆ ਗਿਆ ਮਾਲਵੇ ਵਿੱਚ ਬੈਠ ਗਿਆ ਮਾਲਵੇ ਵਿੱਚ ਵੀ ਨਹੀਂ ਦੇਖਿਆ ਸਤਗੁਰੂ ਦੀ ਸਿੱਖੀ ਸੇਵਕੀ ਬਹੁਤ ਮਾਲਵਾ ਸਾਰਾ ਹੀ ਗੁਰੂ ਦੀਆਂ માનਤਾਵਾਂ ਵਾਲਾ ਇੱਥੇ ਯੋਧੇ ਜਾਂਦੇ ਆ ਤੇ ਅਨੰਦਪੁਰ ਜਾਂਦੇ ਆ ਵਾਪਸ ਆਉਂਦੇ ਆ ਤੇ ਇਹਨੇ ਸਤਗੁਰੂ ਨੂੰ ਪਹਿਲਾਂ ਵੀ ਸਨੇਹ ਭੇਜੇ ਸਤਗੁਰੂ ਜੀ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਆ ਹਾਂਜੀ ਹਾਂਜੀ ਤੇ ਸ਼ਾਇਦ ਕੱਧੀ ਅਨੰਦਪੁਰ ਜਾ ਕੇ ਦਰਸ਼ਨ ਕਰਕੇ ਵੀ ਆਇਆ ਜੀ ਸੋ ਇਹਨੇ ਆਪਣੀ ਗੁਰੂ ਘਰ ਨਾਲ ਇੱਕ ਸਾਂਝ ਬਣਾ ਲਈ ਸੀਗੀ ਉਹ ਸਾਂ ਜ ਤੁਸੀਂ ਵਿక్తి ਤੌਰ ਤੇ ਕਹ ਲੋ ਦਰਦਿਆਂ ਬਣਾਈ ਜੀ 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 ਜਾਂ ਇਦਾਂ ਕਹ ਲੋ ਕਿ ਮਨ ਦੀ ਸ਼ਰਦਾ ਵੀ ਸੀ ਦੋਨੇ ਗੱਲਾਂ ਔਰ ਆਮ ਤੌਰ ਤੇ ਵੱਡਿਆਂ ਲੋਕਾਂ ਦੇ ਮਨ 'ਚ ਦੋਨੇ ਗੱਲਾਂ ਨਾਲ ਨਾਲ ਚਲਦੀਆਂ ਹੁੰਦੀਆਂ ਕਿ ਸਮਾਂ ਵੀ ਵਿਚਾਰੋ ਸਮਾਂ ਵੀ ਬਚਾਓ ਪਰ ਸ਼ਰਦਾ ਵੀ ਨਾਲ ਹੈਗੀ ਆ ਜਾਂਦੀ ਹੈ ਵੱਡੇ ਦੀ ਦੇਖੇ ਸੋ ਸ਼ਰਦਾ ਵੀ ਨਾਲ ਸੀ ਸੋ ਸਤਗੁਰੂ ਇਥੋਂ ਕੋਟਕਪੂਰਾ ਛੱਡਿਆ ਹਾਂਜੀ ਤੇ ਟੀਲਮਾ ਵੱਲ ਨੂੰ ਉੱਤਰ ਪਏ ਮੇਖਤ ਸਮਾਂ ਹੋ ਗਿਆ ਹਾਂਜੀ ਹਾਂਜੀ ਵੀਰ ਜੀ ਹਾਂਜੀ ਤੇ ਆਪਾਂ ਇਥੇ ਕੁ ਫਿਰ ਹਾਂਜੀ ਸ਼ੁਰੂ ਕਰ ਲਾਂਗੇ ਕੰਮ ਬਿਲਕੁਲ ਜੀ ਇਸ ਕਬਚੂ ਚੌਧਰੀ ਕਪੂਰੇ ਦਾ ਗੁਰੂ ਸਾਹਿਬ ਜੀ ਨੂੰ ਮਿਲਣ ਜਾਣ ਤੋਂ ਸਾਨੂੰ ਅੱਜ ਦੇ ਸਮੇਂ ਵਿੱਚ ਵੀ ਸੇਧ ਲੈਣੀ ਚਾਹੀਦੀ ਹੈ ਜਿੱਦਾਂ ਵੀ ਜੀ ਨੇ ਵੀ ਦੱਸਿਆ ਸੀ ਕਿ ਜਿਹੜੀ ਭਾਵਨਾ ਨਾਲ ਜਿਹੜੀ ਸੋਚ ਨਾਲ ਤੁਸੀਂ ਗੁਰੂ ਕਰ ਜਾਂਦੇ ਹੋ ਉਹੀ ਸੋਚ ਤੁਹਾਨੂੰ ਜਿਹੜੀ ਆ ਉਹੀ ਉਹੀ ਉਸ ਤਰ੍ਹਾਂ ਦੀ ਹੀ ਬਖਸ਼ਿਸ਼ ਤੁਸੀਂ ਵਾਪਸ ਲੈ ਕੇ ਆਉਂਦੇ ਹੋ ਸੋ ਸਤਿਗੁਰੂ ਜੀ ਦੇ ਦਰ ਤੇ ਜਾਈਏ ਨਮਾਣੇ ਹੋ ਕੇ ਜਾਈਏ ਨਤਾਣੇ ਹੋ ਕੇ ਜਾਈਏ ਤੇ ਸਤਿਗੁਰੂ ਜੀ ਦੇ ਕੋਲੋਂ ਝੋਲੀਆਂ ਦੀਆਂ ਝੋਲੀਆਂ ਹੀ ਪਰ ਕੇ ਆਵਾਂਗੇ ਪ੍ਰੋਗਰਾਮ ਕਰਦੇ ਅਗਰ ਸਾਡੇ ਕੋਲ ਕੋਈ ਗਲਤੀ ਹੋ ਗਈ ਦੋਵਿਆਂ ਤੇ ਜੋੜ ਕੇ ਤੁਹਾਡੇ ਕੋਲ ਮਾਫੀ ਮੰਗਦੇ ਜਿੱਥੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਉੱਥੇ ਸ਼ੁਰੂਆਤ ਕਰਾਂਗੇ ਇੱਥੇ ਫਤੇ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ